ਅਫਸੋਸ ਕਰੋ ਕਿਉਂ ਨਹੀਂ ਰੋ ਰਹੀਆਂ ਤੁਸੀਂ ਅਫਸੋਸ ਕਿਸ ਤਰ੍ਹਾਂ ਕਰੀਦਾ ਸਾਨੂੰ ਅਫਸੋਸ ਕਰਨਾ ਨਹੀਂ ਆਉਂਦਾ ਹੈਗਾ ਰੋਣਾ ਨਹੀਂ ਆਉਂਦਾ ਨਹੀਂ ਆ ਮੈਨੂੰ ਗੁਜਰਾਂ ਵਾਲੇ 3-4 ਬੰਦਿਆਂ ਨੇ ਦੱਸਿਆ ਤੁਹਾਨੂੰ ਰੋਣਾ ਨਹੀਂ ਆਉਂਦਾ ਆਹੋ 3-4 ਵਜਾ ਦੇ ਨਾਲ ਪੈਸੇ ਵੀ ਮਰੇ ਨਹੀਂ ਰੋਈਆਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਬਿਲਕੁਲ ਉਦੋਂ ਵੀ ਨਹੀਂ ਸੀ ਤੁਰੀ ਰੋਈਆਂ ਜਦੋਂ 1 ਲੱਖ ਰੁਪਇਆ ਤੁਹਾਨੂੰ ਉਤੋਂ ਆਇਆ ਸੀ ਘਰ ਜਾ ਕੇ ਗਿਣਿਆ ਤੇ ਜਾਲ ਹੀ ਨਿਕਲਿਆ ਸਾਰੇ ਜ਼ਰੂਰਤ ਹੀ ਉਦੋਂ ਵੀ ਨਹੀਂ ਸੀ ਆ ਤੁਸੀਂ ਨਹੀਂ ਲੱਗੜ ਜ਼ਿੰਦਗੀ ਦੇ ਵਿੱਚ ਦੇਖੋ ਅਫਸੋਸ ਬਹੁਤ ਜ਼ਰੂਰੀ ਹੁੰਦਾ ਇਹ ਤਾਂ ਕੁੱਤਾ ਮਰਿਆ ਇੱਥੇ ਬੰਦਾ ਮਰ ਜਾ ਤੁਹਾਨੂੰ ਉਹਦਾ ਦੁੱਖ ਨਹੀਂ ਹੁੰਦਾ ਕਿਉਂਕਿ ਤੁਹਾਡੇ ਕੋਲ ਤਾਂ ਲੈਣਾ ਲੱਗੀਆਂ ਹੁੰਦਾ ਹੈਲੋ ਆ ਖੁਸਰਾ ਇਹਦੇ ਕੋਲ 3-4 ਇਹਦਾ ਸੂਫੀ ਨਹੀਂ ਮਾਨ ਇਹਨੇ ਮੈਨੂੰ ਦੱਸਿਆ ਲੇਕਿਨ ਤੁਸੀਂ ਇਸ ਤਰ੍ਹਾਂ ਕਰੋ ਮੈਂ ਤੁਹਾਨੂੰ ਅਫਸੋਸ ਕਰਨਾ ਦੱਸਦਾ ਓਕੇ ਠੀਕ ਹੈ ਨਾ 8 ਤੋਂ 10 ਦਾ ਅਫਸੋਸ ਨਹੀਂ ਕਰਨਾ ਸਿਰਫ ਕੁੱਤੇ ਦਾ ਮਰਨ ਦਾ ਕਰਨਾ ਕੋਈ ਨਹੀਂ ਇਹ ਵਕਤ ਦੇ ਨਾਲ ਨਾਲ ਹੁੰਦਾ ਟੈਨਸ਼ਨ ਨਹੀਂ ਲੈਣੀ ਓਕੇ ਹੋ ਜਾਏਗਾ ਬਿਹਤਰ ਇਨਸ਼ਾਅੱਲਾ ਮੈਨੂੰ ਆਪ ਹੀ ਜਾਣਾ ਪੈਣਾ ਡੀਸੀ ਸਾਹਿਬ ਕੋ ਇਧਰ ਆ ਮੈਂ ਤੁਹਾਨੂੰ ਦੱਸਣਾ ਅਫਸੋਸ ਕਰੀਏ ਇਹ ਕੀ ਹਾਂ ਇਹ ਕੀ ਕਰਦੀ ਇੰਜ ਬੈਰੀ ਹੁਣ ਫਰੰਟ ਵਾਲੇ ਵੀ ਮਾਰਨੇ ਹੀ ਹੈ ਪਹਿਲੇ ਦੱਸ ਦੇ ਮੈਨੂੰ ਇਨਸਾਨ ਤੇ ਬਚਾ ਲਓ ਉਹ ਤੇ ਮਰਨ ਵਾਲਾ ਮਰ ਗਿਆ ਸੀਗਾ ਤੁਸੀਂ ਇੱਟਾਂ ਤੇ ਬੈਠੇ ਜੇ ਜਨਾਬ ਰਸ ਫੜ ਲਓ ਨਾਲ ਖਾਈ ਜਾਨੋ ਵੇਖੀ ਜੋ ਕੰਮ ਹੋਇਆ ਕਿ ਨਹੀਂ ਹੋਇਆ ਓ ਜਨਾਬ ਤੇ ਫੌਜ ਦੀ ਹੋਈ ਫੌਜ ਦੀ ਨੂੰ ਚੌਂਕੜੀ ਮਾਰ ਕੇ ਆਪਣੇ ਜ਼ਾਕਲ ਉਸੇ ਥੱਲੇ ਲਾਓ ਸਾਰੇ ਓਕੇ ਆ ਤੂੰ ਵੀ ਜੀ ਰਹਿ ਤੂੰ ਜਿੰਨੇ ਮਰਜ਼ੀ ਰਹਿ ਤੂੰ ਭਾਵੇਂ ਸੂਫੀ ਸਾਹਿਬ ਦੀ ਝੋਲੀ ਚ ਬੈ ਜਾ ਕਿੱਥੇ ਨੇ ਸੂਫੀ ਸਾਹਿਬ ਨਹੀਂ ਆ ਬੈਠੇ ਨੇ ਅੱਛਾ ਸੂਫੀ ਸਾਹਿਬ ਨਹੀਂ ਅੱਜ ਭਾਈ ਹੁਣੀ ਆ ਅੱਜ ਨਵੇਂ ਨੇ ਛੋਟੀ ਸਾਹਿਬ ਆਪਾਂ ਠੀਕ ਹੈ ਜੀ ਜੀ ਠੀਕ ਹੈ ਆ ਜੀ ਹਣ ਪਤਲੇ ਨੇ ਨਾ ਮਸਲ ਬਹੁਤ ਹੀ ਸਮਾਂ ਲੇਕਿਨ ਤੁਸੀਂ ਅਫਸੋਸ ਕਰਨਾ ਹੈ ਐਸੋ ਵੀਜ਼ੇ ਤੇ ਦੂਰ ਦੂਰ ਰਹਿ ਕੇ ਹੈ ਜੀ ਜੀ ਸਮਝੋ ਇਹ ਕੁੱਤਾ ਹੈ ਹਾਂ ਕਿੱਥੇ 8 ਨੰਬਰ ਦਾ ਕੁੱਤਾ ਹੈ 8 ਨੰਬਰ ਦਾ ਹਾਂਜੀ ਤੇ ਇਹਨੂੰ ਤੁਸੀਂ ਲਾਉਣਾ ਹੈ ਫਰਜ਼ ਕਰਨਾ ਕੁੱਤਾ ਹੈ ਨਹੀਂ ਨਹੀਂ ਮਜ਼ਾ ਨਹੀਂ ਆਉਣਾ ਹੈਗਾ ਤੁਹਾਨੂੰ ਬਸ ਹੁਣ ਕੀ ਇੱਥੇ ਮੈਂ ਕੀ ਲਿਆ ਦਿਆਂ ਨਹੀਂ ਨਹੀਂ ਇਹ 8 ਨੰਬਰ ਦਾ ਕਿਉਂ ਮਰਿਆ ਇਹ ਦਰਸਲ ਵਿੱਚ 9 ਨੰਬਰ ਦਾ ਪੈਰ ਵੜ ਗਿਆ ਸੀ ਇਹਨਾਂ ਲੇਕਿਨ ਤੁਹਾਨੂੰ ਇਸ ਕੁੱਤੇ ਦਾ ਮਜ਼ਾ ਨਹੀਂ ਆ ਰਿਹਾ ਨਹੀਂ ਕੁੱਤਾ ਅਸਲ ਹੋਣਾ ਚਾਹੀਦਾ ਹਾਂ ਅਸਲ ਅਸਲ ਓਕੇ ਆਈ ਵੀਰੇ ਆਜਾ ਉਹ ਨਹੀਂ ਨਹੀਂ ਮੈਂ ਨਹੀਂ ਕੁੱਤਾ ਬੰਨਾ ਸਾਲਿਆ 6 ਸਾਲ ਹੋ ਗਏ ਕੰਜਰ ਬਣ ਗਿਆ ਹੈ ਬਗੈਰ ਆਦਮੀ ਦੁਬਈ ਜਾ ਕੇ ਗਰੁੱਪ ਲੈ ਕੇ ਜਾਣਾ ਮੈਨੂੰ ਸਾਰਾ ਪਤਾ ਤੇਰਾ ਕੱਲੇ ਇਹ ਕੰਮ ਨਹੀਂ ਆ ਕੁੱਤੇ ਨਿਗੇ ਨਿਗੇ ਤੇਰੇ ਬੱਚੇ ਨੇ ਪਾਗਲਾ ਖਰਚਾ ਕਿੱਥੋਂ ਲੈ ਕੇ ਜਾਏਗਾ ਕੁੱਤਾ ਬਣੇਗਾ ਡਰਾਮੇ ਦੇ ਪੈਸੇ ਮਿਲਣਗੇ ਤੇ ਘਰ ਲੈ ਕੇ ਜਾਏਗਾ ਬੱਚੇ ਕਿਵੇਂ ਪਾਲੇਗਾ ਬੀਵੀ ਤੇ ਤੇਰੀ ਇੱਧਰ ਬਗੈਰ ਆਜਾ ਆਜਾ ਹਾਂ ਕੀ ਕਹਿਣਾ ਕਹਿ ਲਾ ਉਹਨੂੰ ਭਾਈ ਉਹਨਾਂ ਨੂੰ ਕਹਿ ਲਾ ਪਹਿਲੇ ਪੈਂਪਰ ਉਹ ਹੀ ਲੈ ਕੇ ਆਉਂਦੇ ਨੇ ਕਿ ਇਹ ਵੀ ਗਜਨੀ ਗਜਨੀ ਟੈਪ ਹੈਗਾ ਜਿੱਥੇ ਯਾਦ ਆਉਂਦੀ ਉੱਥੇ ਕਹਿ ਦਿੰਦਾ ਚਲ ਕੁੱਤਾ ਬਣ ਚਲੋ ਸਟਰੋਂਗ ਕੁੱਤਾ ਸਹੀ ਕੁੱਤਾ ਬਣ ਬੱਚਿਆਂ ਦੀ ਖਾਤਰ ਇਹ ਕੀ ਦਫਤਰੀ ਕੁੱਤਾ ਸੀ ਹੈ ਦਫਤਰੀ ਕੁੱਤਾ ਸੀ ਸਹੀ ਕੁੱਤਾ ਬਣ ਨਾ ਕਰ ਕੁੱਤਾ ਮਰੇ ਹੀ ਨਾ ਉਹ ਵੇਖੋ ਕੁੱਤੇ ਦੀ ਰੂਹ ਜਾ ਰਹੀ ਨਹੀਂ ਉਹ ਜਾਲਾ ਲਗਾ ਰਿਹਾ ਮੇਰਾ ਉਹ ਜਾਲਾ ਹੈਗਾ ਜਾਲਾ ਹੈਗਾ ਚਲ ਕੁੱਤਾ ਬਣ ਕਿੰਜ ਇੰਜ ਇੰਜ ਕੁੱਤੇ ਵਾਲੀ ਸ਼ੇਪ ਚ ਆ ਉੱਪਰ ਕਰ ਥੋੜਾ ਜਿਹਾ ਥੋੜਾ ਜਿਹਾ ਨਿਜ਼ਾਮ ਉੱਪਰ ਕਰ ਐ ਥੱਲੇ ਆਵੇ ਬਗੈਰ ਦਾ ਉਹ ਤੇਰੀ ਕਿਸ ਤਰ੍ਹਾਂ ਦੁਸ਼ਮਣੀ ਆ ਕੁਵਾੜੀ ਕਿੰਨੇ ਮਾਰੀ ਤੇਰਾ ਪਿੱਤਾ ਨਜ਼ਰ ਆ ਰਿਹਾ ਸਾਰਾ ਬਗੈਰ ਦਾ ਤੈਨੂੰ ਪਤਾ ਹੀ ਨਹੀਂ ਗਾ ਬਾਛਲੇ ਕੁੱਤਾ ਬਣਾ ਕੁੱਤਾ ਲੇਕਿਨ ਸ਼ਰਟ ਤੂੰ ਸਹੀ ਕਰ ਲੈ ਨਾ ਥੋੜੀ ਜੀ ਹਾਂ ਇਹ ਉੱਪਰ ਕਰ ਥੋੜਾ ਜਿਹਾ ਆ ਸ਼ਾਬਾ ਆਜੋ ਆਜੋ ਭਾਈ ਕੋਈ ਨਹੀਂ ਬਹੁ ਖੈਰ ਖੈਰ ਨਾਲ ਨਾਲ ਹੋ ਜਾਓ ਯਾਰ ਤੁਹਾਨੂੰ ਕੀ ਨਾਲ ਬਹਿ ਜਾਓ ਕੁਛ ਨਹੀਂ ਹੁੰਦਾ ਬਹਿ ਜਾਓ ਉਹ ਕੁਛ ਨਹੀਂ ਹੁੰਦਾ ਬਹਿ ਜਾਓ ਖੁਦਾ ਦਾ ਨਾਂ ਜੀ ਬਹਿ ਜਾਓ ਉਹ ਰੇਛੋਂ ਚੋੜ ਵਾਲੀ ਸੋਟੀ ਹੁੰਦੀ ਬਹਿ ਜਾਓ ਬਹਿ ਬਹਿ ਕੁਛ ਨਹੀਂ ਹੁੰਦਾ ਮੈਂ ਟਿਕਟ ਡਰਾਮਾ ਚੱਲਦੇ ਜਾਇਆ ਕਰ ਆ ਇਹ ਥੋੜਾ ਜਿਹਾ ਉੱਪਰ ਅੱਗੇ ਹੋ ਥੋੜਾ ਜਿਹਾ ਅੱਗੇ ਭਾਈ ਉਹਨਾਂ ਟਿਕਟ ਖਰਚੀ ਅਫਸੋਸ ਪੂਰਾ ਤੇ ਵੇਖਣ ਦੇ ਆਹੇ ਕੁੱਤਾ ਮਰ ਗਿਆ ਇਹਨੂੰ ਥੋੜਾ ਜਿਹਾ ਇੰਜ ਕਰ ਆ ਉੱਪਰ ਥੋੜਾ ਆ ਇਹ ਕਿਹੜੀ ਸ਼ੇਪ ਹੈਗੀ ਹੈਂ ਇਹ ਕੀ ਸਟਾਈਲ ਹੈ ਇਹ ਹੁਣ ਤੁਹਾਨੂੰ ਮੈਂ ਦੱਸਾਂਗਾ ਪਾਗਲ ਹੋ ਗਈ ਸਰੀ ਹੈ ਤੂੰ ਹੈ ਇਹ ਕੁੱਤਾ ਸਟਾਈਲ ਹੈ ਡੋਗੀ ਸਟਾਈਲ ਅੱਛਾ 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 ਹਾਂਜੀ ਕੁੱਤੇ ਦੀ ਅੱਜ ਸਾਲਗਿਰਾ ਸੀ ਹਾਂ ਓਕੇ ਕੱਟ ਲਈਏ ਹੈਪੀ ਬਰਥਡੇ ਆਏ ਬੇੜੇ ਕੀ ਹੋਇਆ ਕੁਛ ਨਹੀਂ ਹੁੰਦਾ ਉਹਨਾਂ ਨੇ ਮਾਸਕ ਪਾ ਲਿਆ ਭਾਈ ਉਹਨਾਂ ਦਾ ਅਦਰ ਅੱਗੇ ਹੋ ਥੋੜਾ ਜਿਹਾ ਅੱਗੇ ਅੱਗੇ ਦੇਖੋ ਕੁੱਤੇ ਦਾ ਅਫਸੋਸ ਕਰਨਾ ਥੋੜਾ ਜਿਹਾ ਉੱਪਰ ਉੱਪਰ ਥੋੜਾ ਜਿਹਾ ਆਸ਼ਾ ਵਾ ਦਾ ਇੱਥੇ ਨਾ ਡਾਢੀ ਵਾਜਦੀ ਹੈ ਅੱਛਾ ਜੀ ਤੈਨੂੰ ਤਾਂ ਨਹੀਂ ਹੋਣਾ ਚਾਹੀਦਾ ਇਹ ਦੇਖੇ ਇਹ ਸਰ ਹੈ ਜੀ ਜੀ ਓਕੇ ਇਹ ਕੰਦੇ ਹੈ ਹਾਂ ਇਹ ਸਭ ਕਮਰ ਹੈ ਇਹ ਜਨਮ ਦਾ ਰਾਸਤਾ ਹੈ ਹੈ ਤੂੰ ਇਹਨੂੰ ਥੱਲੇ ਕਰ ਲੈ ਸਾਲੇ ਮੈਂ ਕੱਲ ਤੈਨੂੰ ਆਪਣੀ ਲਿਆ ਕੇ ਦਿਆਂਗਾ ਤੈਨੂੰ ਅੱਛਾ ਇਹ ਪੂੰਛਲ ਕਿੱਥੇ ਹੈ ਇਹ ਜਾਦੂਗਰ ਕੁੱਤਾ ਅੰਦਰ ਖਿੱਚ ਲੈਂਦਾ ਹੈ ਓ ਬੜਾ ਪਹੁੰਚਿਆ ਬੜਾ ਬੜਾ ਓ ਓ
ਮੁਰਸ਼ਦਾ ਦਾ ਕੁੱਤਾ ਇਹ ਮੁਰਸ਼ਦਾ ਦਾ ਕੁੱਤਾ ਪਹੁੰਚਿਆ ਉੱਪਰ ਉੱਪਰ ਲੇਕਿਨ ਤੁਸੀਂ ਡੁੱਬ ਕੇ ਮਰ ਜਾਓ ਤੁਸੀਂ ਵੀ ਤੁਹਾਨੂੰ ਮਰਨਾ ਭੁੱਲਿਆ ਇੱਥੇ ਫੌਤਗੀ ਹੋਈ ਅਫਸੋਸ ਕਰਨ ਵਾਲੇ ਆਏ ਆ ਤੇ ਤੁਸੀਂ ਇਹ ਬਾਲ ਅੱਗੇ ਕੀਤੇ ਹੋਏ ਆ ਤੁਹਾਡਾ ਬੇੜਾ ਗਰਕ ਹੋਣਾ ਤੁਹਾਡਾ ਖਾਨਾ ਖਰਾਬ ਹੋਣਾ ਮਰਨਾ ਭੁੱਲਿਆ ਤੁਹਾਨੂੰ ਠੀਕ ਹੈ ਸਾਰੀ ਜਿੰਨੀ ਵੀ ਫੌਤਗੀ ਨਜ਼ਰ ਆਉਣੀ ਚਾਹੀਦੀ ਆ ਠੀਕ ਹੈ ਨਾ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਫੌਤਗੀ ਤੇ ਥੋੜਾ ਜਿਹਾ ਪਰਦਾ ਕਰ ਲਓ ਖੁਦਾ ਦਾ ਵਾਸਤਾ ਤੁਹਾਡਾ ਬੇੜਾ ਗਰਕ ਹੋਵੇ ਨਹੀਂ ਫੜਨੀ ਇਹਨੂੰ ਇੰਝ ਕਰ ਕੁੜੀਏ ਤੇਰਾ ਆਇਸਤਾ ਉਹ ਮੈਂ ਜ਼ਰੀ ਸਿਰਫ ਬੰਨ ਰਿਹਾ ਖੁਦਾ ਦੀ ਕਸਮੇ ਮੈਂ ਕੁੱਤੇ ਥੋੜਾ ਜਿਹਾ ਮੈਨੂੰ ਨਹੀਂ ਪਤਾ ਮੇਰੇ ਵੀ ਬੰਨੋ ਸਾਰਾ ਆਪ ਸਾਵਲਾ ਲਾ ਤੇਰੇ ਲਈ ਮੈਨੂੰ ਪਰਦਾ ਖੋਲਣਾ ਪੈਣਾ ਤੈਨੂੰ ਪਤਾ ਹੈਗਾ ਕਿ ਅਫਸੋਸ ਤੂੰ ਛੱਡ ਦੇ ਇਹ ਲਾ ਦਿਓ ਭਾਜੀ ਆਹ ਕੋਈ ਗੱਲ ਨਹੀਂ ਥੋੜਾ ਜਿਹਾ ਉੱਪਰੋ ਬਗੈਰਤ ਆਦਮੀ ਕਸਮੇ ਭਰਜਾਈ ਦਾ ਅੰਡਰਵੇ ਪਾ ਗਿਆ ਹੈ ਪੀਲੇ ਰੰਗ ਦਾ ਬਗੈਰ ਦਾ ਚੱਲ ਉੱਪਰ ਚਲੋ ਅਫਸੋਸ ਕਰਨਾ ਜਿਸ ਤਰ੍ਹਾਂ ਮੈਂ ਕਰਾਂਗਾ ਠੀਕ ਹੈ ਹਾਏ ਨੀ ਕੁੱਤਾ ਮਰ ਗਿਆ ਇਹ ਕੀ ਜੁਆਨ ਹਵਾ ਦੇ ਰਹੀਆਂ ਜਦੋਂ ਇਹ ਮਸਲ ਪਤਾ ਲੱਗੇ ਕੋਈ ਵਿਕਾਂ ਸ਼ਿਕਾਂ ਨਹੀਂ ਲੱਥਦੀਆਂ ਮੇਰੀ ਜ਼ਿੰਦਗੀ ਇਹਨੂੰ ਪਿਆਰ ਦੇ ਨਾਲ ਜਦੋਂ ਮਸਲ ਸਮਝੋ ਫੌਤਗੀ ਮਹਿਸੂਸ ਕਰੋ ਤੁਸੀਂ ਠੀਕ ਹੈ ਨਾ ਜ਼ਬਾਨ ਕੱਢੋ ਕੁੱਤਾ ਮਰਿਆ ਥੋੜਾ ਅਸੀਂ ਨਹੀਂ ਕੱਢਣੀ ਜ਼ਬਾਨ ਨਹੀਂ ਕੱਢਣੀ ਇੱਥੇ ਹੁਣੇ ਤੁਹਾਨੂੰ ਮੈਂ ਲੱਖ ਲੱਖ ਰੁਪਇਆ ਦੇਣਾ ਸਭ ਕੁਝ ਕੱਢ ਕੇ ਇੱਥੇ ਰੱਖ ਦੇਣਾ ਤੁਸੀਂ ਪਤਾ ਰੇਟ ਵਧਾਓ ਫਿਰ ਤੁਸੀਂ ਬਸ ਜੋ ਵੀ ਹੈ ਮੈਂ ਤੁਹਾਨੂੰ ਕਹਿ ਨਹੀਂ ਮੈਂ ਵੈਸੇ ਕਹਿ ਰਿਹਾ ਦੰਦ ਕੱਢ ਕੇ ਰੱਖ ਦੇਣੇ ਆ ਨਕਲੀ ਬਾਹਾਂ ਲਾ ਦੇਣੀਆਂ ਤੇ ਸਾਰਾ ਕੁੱਤੇ ਕੁੱਤੇ ਤੂੰ ਕੁੱਤੇ ਇਹਨਾਂ ਨੂੰ ਲੱਖ ਦੇ ਦਿਓ ਸਭ ਕੁਝ ਕੱਢ ਦੇਣਾ ਮੈਨੂੰ ਟਗਾਣਾ ਦਿਓ ਹਰ ਸ਼ੈ ਵੇ ਲਓ ਚਲੋ ਜੀ ਪੂਰਾ ਅਫਸੋਸ ਹਾਏ ਨੀ ਕੁੱਤਾ ਮਰ ਗਿਆ ਹਾਏ ਨੀ ਕੁੱਤਾ ਮਰ ਗਿਆ ਹਾਏ 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 ਅੰਦਰੋਂ ਅਫਸੋਸ ਹੋ ਗਿਆ ਕੁੱਤਾ ਤੇ ਮਰ ਗਿਆ ਹੁਣ ਤੂੰ ਚਾਹੀ ਸਾਡੀ ਵੀ ਇੱਥੇ ਬੇੜੇ ਗਰਕ ਹੋ ਜਾਣਾ ਦੇਖੋ ਮੇਰੀ ਗੱਲ ਸੁਣੋ ਇਹ ਨਿਜ਼ਾਮ ਅੰਦਰੋਂ ਫੀਲਿੰਗ ਨਹੀਂ ਅੰਦਰੋਂ ਜ਼ਲੀਲਿੰਗ ਨਿਕਲ ਰਹੀ ਹੈ ਤੁਹਾਡੀ ਇਹ ਬਗੈਰਤੀ ਨਿਕਲ ਰਹੀ ਹੈ ਅੰਦਰੋਂ ਤੁਸੀਂ ਮੇਰੀ ਗੱਲ ਮੇਰੀ ਜਾਨ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਹ ਕੰਮ ਕਰੋਗੇ ਤੇ ਉਹ ਵਿਚਾਰਾ ਮਰਨ ਵਾਲਾ ਕੀ ਸੋਚੇਗਾ ਹੈ ਚਲੋ ਹਾਏ ਨੀ ਕੁੱਤਾ ਮਰ ਗਿਆ ਤੁਸੀਂ ਕੁੜੀਆਂ ਤੁਹਾਨੂੰ ਪਤਾ ਡਰ ਤੁਸੀਂ ਜੋ ਮਰਜ਼ੀ ਕਰੋ ਅਸੀਂ ਨਹੀਂ ਕਰਨਾ ਇਹ ਖੁਸਰੇ ਨਹੀਂ ਕਰਦੇ ਹੁੰਦੇ ਡਰ ਨਾਲ ਪੱਕੀ ਗੱਲ ਆ